ਅਰਵਿੰਦ ਕੇਜਰੀਵਾਲ ਹਾਂਜੀ ਦੇਖੋ ਮੈਨੂੰ ਇਸ ਗੱਲ ਦਾ ਦੁੱਖ ਹੈ, ਮੇਰਾ ਯਾਰ ਫੜ ਲਿਆ, ਮੈਂ ਤਾਂ ਪਤਾ ਵੀ ਲੈਣ ਜਾਊਂਗਾ ਔਰ ਉਹਨੂੰ ਹੌਸਲਾ ਵੀ ਦੇ ਕੇ ਆਊਂਗਾ ਕਿ ਕੋਈ ਨਾ ਜੇਲ੍ਹ 'ਚ ਘਬਰਾਈਦਾ ਨਹੀਂ ਹੁੰਦਾ, ਅਸੀਂ ਸਾਰੇ ਤੇਰੇ ਨਾਲ ਹੈ, ਤੂੰ ਤਗੜਾ ਹੋ ਕੇ ਜੇਲ੍ਹ ਦਾ ਸਮਾਂ ਕੱਟ ਲਾ। ਬਾਕੀ ਦੇਖੋ ਜਿਹੜਾ ਬੰਦਾ ਵਾਅਦਾ ਕਰਦਾ ਸੀ ਕਿ ਲੋਕਪਾਲ ਬਣਾਵਾਂਗੇ, ਨਹੀਂ ਬਣਾਈ। ਅੱਜ ਸਭ ਤੋਂ ਵੱਡਾ ਮਾਫੀਆ ਸ਼ਰਾਬ ਦਾ ਔਰ ਰੇਤ ਮਾਫੀਆ, ਖਨਨ ਮਾਫੀਆ ਚਲਾਉਣ ਵਾਲੇ ਲੋਕ, ਜਿਹਦੇ ਨਾਲ ਆਮ ਆਦਮੀ ਪਾਰਟੀ ਦੀ ਫੰਡਿੰਗ ਹੁੰਦੀ ਸੀ, ਉਹ ਤਾਂ ਹਲੇ ਦਿੱਲੀ ਦੇ ਫੜੇ ਗਏ ਆ, ਪੰਜਾਬ ਦੇ ਵੀ ਫੜੇ ਜਾਣ, ਔਰ ਮੈਂ ਪਹਿਲਾਂ ਕਹਿੰਦਾ ਸਭ ਫੜੇ ਜਾਣਗੇ। ਹੁਣ ਹੌਲੀ ਹੌਲੀ ਕੰਮ ਚੱਲਿਆ ਹੁੰਦਾ ਉੱਧਰ ਨੂੰ, ਕਿਉਂਕਿ ਐਵਰੀਬਡੀ ਨੋਜ਼ ਕਿ ਕੇਜਰੀਵਾਲ ਸਾਹਿਬ ਨੇ ਆਪਦੇ ਹਰ ਵਾਅਦੇ ਤੋਂ ਸਮਰਸੋਲਟ ਕੀਤਾ। VIP ਕਲਚਰ, ਕੱਟਰ ਇਮਾਨਦਾਰੀ ਕੀ ਬਾਤ ਕਰਤੇ ਥੇ, ਜਿਤਨਾ ਘਪਲਾ ਹਰ ਸਕੀਮ ਮੇਂ ਹੋ ਰਹਾ ਹੈ, ਚਾਹੇ ਸ਼ਰਾਬ ਹੈ, ਚਾਹੇ ਰੇਤ ਹੈ, ਚਾਹੇ ਔਰ ਚੀਜ਼ਾਂ, ਜਿਸ ਦਿਨ ਇਨਕੁਆਇਰੀ ਹੋਗੀ ਆਪਕੇ ਸਾਹਮਣੇ ਆ ਜਾਏਗਾ, ਜਾਂ ਚੱਬੇਵਾਲ ਸਾਹਿਬ ਜੋ ਇੱਕ MLA ਹੈ ਕਾਂਗਰਸ ਕੇ, ਉਸਕੀ ਇਨਕੁਆਇਰੀ ਉਹਨੇ ਕਰਾਈ, ਅਬ ਜਬ ਉਹ ਚਲੇ ਗਿਆ ਆਮ ਆਦਮੀ ਪਾਰਟੀ ਮੇਂ, ਤੋ ਪਤਾ ਨਹੀਂ ਕੌਣ ਸਾ ਵਾਸ਼ਿੰਗ ਪਾਊਡਰ ਇਸਤੇਮਾਲ ਕਰ ਲਿਆ, ਕੌਣ ਸੀ ਵਾਸ਼ਿੰਗ ਮਸ਼ੀਨ ਮੇਂ ਨਿਕਾਲ ਦਿਆ ਕਿ ਅਬ ਠੀਕ ਹੋ ਗਿਆ, ਔਰ ਕੰਪਲੇਨੈਂਟ ਕੌਣ ਥਾ ਉਸਮੇਂ, ਆਮ ਆਦਮੀ ਪਾਰਟੀ ਕਾ ਲੀਡਰ। ਸੋ ਇਹ ਜੋ ਬਾਤੇ ਥੀ, ਇਹ ਚਰਚਾ ਕੇ ਵਿਸ਼ੇ ਥੀ, ਨੋਬਡੀ ਇਜ਼ ਅਬਾਵ ਦਾ ਲਾਅ ਜੀ, ਐਂਡ ਇਹ ਠੀਕ ਹੈ ਕਿ ਅੱਜ ਕੇਜਰੀਵਾਲ ਸਾਹਿਬ ਕੋ ਅੰਦਰ ਦੇ ਦਿਆ, ਮੇਰੇ ਕੋ ਤੋ ਲਗਤਾ ਹੈ ਸਭਸੇ ਬੜੀ ਖੁਸ਼ੀ ਭਗਵੰਤ ਮਾਨ ਕੋ ਹੋਗੀ, ਅਬ ਤੋ ਭਗਵੰਤ ਮਾਨ ਜੀ ਕੀ ਕਹਤੇ ਡਾਇਰੈਕਟ ਰਿਪੋਰਟਿੰਗ BJP ਹੈਡਕੁਆਟਰ ਮੇਂ ਹੋਗੀ। ਮੇਰਾ ਵੀਰ, ਜਿਨ੍ਹਾਂ ਬੰਦਿਆਂ ਨੇ ਦਿੱਲੀ ਘਪਲਾ ਕੀਤਾ ਔਰ ਜੋ ਪੋਲਿਸੀ ਬਣਾਈ ਗਈ ਸੀ ਉਹੀ ਪੋਲਿਸੀ ਪੰਜਾਬ 'ਚ ਬਣਾਈ ਗਈ ਹੈ, ਉਹੀ ਮਾਰਜਨਸ ਇਨਕਰੀਜ਼ ਕੀਤੇ ਗਏ, ਉਹੀ ਲੋਕ ਨੇ, ਅਤੇ ਜੇ ਦਿੱਲੀ 'ਚ ਘਪਲਾ ਤਾਂ ਪੰਜਾਬ 'ਚ ਤਾਂ ਹੈ ਹੀ। ਤੁਸੀਂ ਕਿਵੇਂ L1 77 ਤੋਂ ਘਟਾ ਕੇ 7 ਕਰਤੇ ਔਰ 4 ਬੰਦੇ 3 ਬੰਦੇ ਸਾਰਾ ਮੁਨਾਫਾ ਕਮਾ ਗਏ, ਉਹ ਕੌਣ ਜਿਹੜੇ ਦਿੱਲੀ ਫੜ ਕੇ ਅੰਦਰ ਦਿੱਤੇ? ਇਨਕੁਆਇਰੀ ਦਾ ਵਿਸ਼ਾ, ਮਗਰ ਪੰਜਾਬ 'ਚ ਮੈਂ ਸਮਝਦਾ ਇਨਕੁਆਇਰੀ ਨਹੀਂ ਹੋ ਰਹੀ, ਕਿਉਂਕਿ ਕਿੱਥੇ ਨਾ ਕਿੱਥੇ ਪੰਜਾਬ ਦੀ ਸਰਕਾਰ ਦਿੱਲੀ ਦੀ, ਕੇਂਦਰ ਦੀ ਸਰਕਾਰ ਦੇ ਇਸ਼ਾਰੇ 'ਤੇ ਚੱਲ ਰਹੀ ਹੈ। ਦੇਖੋ ਕੱਲ੍ਹ ਵੀ ਸ਼ਰਾਬ ਰਿਲੇਟਡ ਡੈਥਸ ਹੋਈਆਂ ਨੇ, ਐਕਸਾਈਜ਼ ਮਿਨਿਸਟਰ ਦੇ ਹਲਕੇ 'ਚ ਹੋਈ ਹੈ, ਔਰ ਇਹੀ ਕੇਜਰੀਵਾਲ ਸਾਹਿਬ ਔਰ ਐਕਸਾਈਜ਼ ਮਿਨਿਸਟਰ ਭਗਵੰਤ ਮਾਨ, ਉਸ ਵੇਲੇ ਮੈਂ ਉਹ ਵੀਡੀਓਜ਼ ਟਵੀਟ ਕੀਤੀਆਂ, ਕਾਂਗਰਸ ਵੇਲੇ ਵੀ ਇਹੀ ਕੁਝ ਤਰਨ ਤਾਰਨ 'ਚ ਹੋਇਆ ਸੀ, ਇਹਨਾਂ ਨੇ CBI ਇਨਕੁਆਇਰੀ ਮੰਗੀ ਸੀ ਔਰ ਵਜ਼ੀਰ ਦਾ ਅਸਤੀਫਾ ਮੰਗਿਆ ਸੀ, ਫਿਰ ਅੱਜ ਕਿਉਂ ਨਹੀਂ CBI ਇਨਕੁਆਇਰੀ, ਅੱਜ ਅਸਤੀਫਾ ਕਿਉਂ ਨਹੀਂ ਹਰਪਾਲ ਚੀਮੇ ਦਾ? ਸੋ ਇਹ ਸਾਰੀ ਗੱਲਾਂ 'ਚ ਇਹ ਫਸਦੇ ਨਜ਼ਰ ਆ ਰਹੇ ਹੈ, ਮਗਰ ਕਿੱਥੇ ਨਾ ਕਿੱਥੇ ਮੈਂ ਮਹਿਸੂਸ ਕਰਦਾ ਕਿ ਕੇਂਦਰ ਦੀ ਸਰਕਾਰ ਭਗਵੰਤ ਮਾਨ ਪ੍ਰਤੀ ਸੌਫਟ ਹੈ। ਹਾਂ ਬਿਲਕੁਲ, ਕਾਮਯਾਬੀ ਮਿਲੂਗੀ ਜੀ ਭਗਵੰਤ ਮਾਨ ਜੀ ਨੂੰ, 0-13 ਦਾ ਇਹ ਰਿਕਾਰਡ ਕਾਇਮ ਕਰਨਗੇ, ਮੈਨੂੰ ਉਹਨਾਂ ਵੱਲੋਂ ਸ਼ੁਭ ਕਾਮਨਾਵਾਂ, ਵਧਾਈ ਦੇਣਾ ਚਾਹੁੰਦਾ। ਉਹਨਾਂ ਨੇ ਚਿੱਠੀ ਲਿਖੀ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਪੰਜਾਬ 'ਤੇ ਕਾਬੂ ਪਾਇਆ ਜਾਵੇ, ਕਿਉਂਕਿ 42% ਹਿੱਸਾ ਜਿਹੜੀ ਬਿਹਾਰ 'ਚ ਸ਼ਰਾਬ ਦੀ ਤਸਕਰੀ ਹੁੰਦੀ ਹੈ ਉਹ ਪੰਜਾਬ 'ਚੋਂ ਆ ਰਹੀ ਹੈ। ਉਹ ਕਹਿੰਦੇ ਕਿ ਇਲੈਕਸ਼ਨ ਕਮਿਸ਼ਨ, ਇਹ ਇੱਕ ਇੰਡੀਪੈਂਡੈਂਟ ਇੰਸਟੀਟਿਊਸ਼ਨ ਇਲੈਕਸ਼ਨ ਕਮਿਸ਼ਨ ਦੀ ਇੱਕ ਫਾਈਂਡਿੰਗ ਹੈ, ਇੱਕ ਰਿਪੋਰਟ ਬਣੀ ਹੈ। ਹੁਣ ਇੱਥੇ ਐਕਸਾਈਜ਼ ਦਾ ਮਹਿਕਮਾ ਕੌਣ ਚਲਾ ਰਿਹਾ? ਫਿਗਰ ਹੈੱਡ ਹਰਪਾਲ ਚੀਮਾ, ਅਸਲ ਇਸ ਕਾਰੋਬਾਰ ਨੂੰ ਚਲਾਉਣ ਵਾਲਾ ਭਗਵੰਤ ਮਾਨ,
ਔਰ ਦੂਜੇ ਜਿਹੜੇ ਉਹਦੇ ਨਾਲ ਚਲਾਉਂਦੇ ਆ ਉਹ ਸਿਸੋਦੀਆ ਅਰਵਿੰਦ ਕੇਜਰੀਵਾਲ, ਕਿਉਂਕਿ ਬੰਦੇ ਮੈਂ ਫਿਰ ਤੁਹਾਨੂੰ ਦੱਸਾਂ ਦਿੱਲੀ ਵਾਲੇ, ਅਤੇ ਜੇ ਦਿੱਲੀ ਵਾਲੇ ਫੜ ਲਏ ਇੱਥੋਂ ਸ਼ਰਾਬ ਉੱਥੇ ਜਾ ਰਹੀ ਹੈ, IMFL ਇੰਡੀਅਨ ਮੇਡ ਫੋਰਨ ਲਿਕਰ ਦੀ ਸੇਲ ਪਿਛਲੇ 10-20 ਸਾਲਾਂ 'ਚ ਇੰਨੀ ਨਹੀਂ ਵਧੀ ਜਿੰਨੀ ਆ 2 ਸਾਲ 'ਚ ਵੱਧ ਗਈ। ਹੁਣ ਇਹਦਾ ਇਹ ਮਤਲਬ ਥੋੜ੍ਹੀ ਕਿ ਭਗਵੰਤ ਮਾਨ ਵੱਧ ਪੀਣ ਲੱਗ ਗਿਆ ਇਕੱਲੀ, ਇਹਦਾ ਮਤਲਬ ਇਹ ਵੀ ਹੈ ਕਿ ਆਪ ਵੀ ਪੀ ਜਾਂਦਾ ਅਤੇ ਹੋਰ ਵੀ ਪਿਲਾਈ ਜਾਂਦਾ ਲੋਕਾਂ ਨੂੰ, ਅਤੇ ਥੱਲੇ ਲਿਖ ਦਿੰਦੇ ਲਿਕਰ ਇਜ ਇੰਜੂਰੀਅਸ ਟੂ ਹੈਲਥ। ਇਹ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ। ਇਹ ਬਿਹਾਰ 'ਚ ਵੀ ਭਗਵੰਤ ਮਾਨ ਮਾਰਕਾ ਵਿਕ ਰਿਹਾ, ਮੈਂ ਤਾਂ ਬਿਹਾਰ ਦੇ ਭਾਈਚਾਰੇ ਨੂੰ ਬੇਨਤੀ ਕਰੂੰਗਾ ਕਿ ਭਾਈ ਬਚ ਕੇ ਵੀ ਉਹ ਇੱਥੇ ਅੱਗੇ 8 ਚੜ੍ਹ ਗਏ ਆ, ਉੱਥੇ ਨਾ ਚੜ੍ਹਾ ਦਿਓ ਕਿਸੇ ਨੂੰ। ਥੈਂਕ ਯੂ। अगर आप ये वीडियो YouTube पर देख रहे हैं तो हमारे चैनल को सब्सक्राइब करें और बेल आइकन को दबाना ना भूलें। अगर आप Facebook पर ये वीडियो देख रहे हैं तो हमारे पेज को लाइक करें।